ਆਪ ਸਟੇਜ ਤੇ ਬੋਲ ਰਹੇ ਨੇ, ਤੁਸੀਂ ਜਿਵੇਂ ਦੇਖ ਸਕਦੇ ਹੋ ਸਾਡੇ ਪਿੱਛੇ ਸਟੇਜ ਦੇ ਉੱਤੇ ਸਪੀਚ ਸੰਬੋਧਨ ਕਰਦੇ ਹੋਏ ਸਾਰੇ ਕਿਸਾਨਾਂ ਨੂੰ। ਮੈਂ ਬੇਨਤੀ ਕਰੂੰਗਾ ਸੰਜੀਵ ਰਾਣਾ ਜੀ ਨੂੰ ਵੀ ਸਟੇਜ ਦਿਖਾਉਣ ਦਾ ਯਤਨ ਕਰਨ, ਸਟੇਜ ਦਾ ਸਾਰਾ ਸੀਨ ਜੋ ਰਾਜੋਵਾਲ ਸਾਹਿਬ ਬੋਲ ਰਹੇ ਨੇ ਉਹ ਦਿਖਾਉਣ। ਸ਼ਾਂਤਮਈ ਰਹਾਂਗੇ, ਜਾਂ ਤਾਂ ਸਾਡੀਆਂ ਮੰਗਾਂ ਮੰਨ ਕੇ ਘਰਾਂ ਨੂੰ ਤੋੜ ਦਿਓ, ਨਹੀਂ ਤਾਂ ਇੱਥੇ ਹੀ ਬੈਠਾਂਗੇ। ਤੁਹਾਡੇ ਕੋਲ ਕੋਈ ਰਸਤਾ ਨਹੀਂ, ਸਾਨੂੰ ਡਾਂਗਾਂ ਗੋਲੀਆਂ ਮਾਰ ਕੇ ਉਠਾ ਦਿਓ। ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਤੁਹਾਡੀਆਂ ਡਾਂਗਾਂ ਵੀ ਖਾਵਾਂਗੇ। ਪਰ ਇੱਕ ਗੱਲ ਖਿਆਲ ਰੱਖਿਓ, ਦੁਨੀਆਂ ਵਿੱਚ ਇੱਕ ਘੱਲੂਘਾਰਾ ਜਿਹਨੂੰ ਹੋਲੋਕੌਸਟ ਕਹਿੰਦੇ ਨੇ, ਉਹ ਵਾਪਰਿਆ। ਜੇ ਕਿਸੇ ਕਿਸਾਨਾਂ ਨਾਲ ਕੋਈ ਇਹੋ ਜਿਹਾ ਪੰਗਾ ਪਾ ਲਿਆ, ਸਾਰੀ ਦੁਨੀਆਂ ਦਾ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਘੱਲੂਘਾਰਾ ਹੋਵੇਗਾ। ਇਹ ਅਹਿਸਾਸ ਤੁਹਾਨੂੰ ਹੋਣਾ ਚਾਹੀਦਾ। ਇੱਕ ਪਾਸੇ ਤੁਸੀਂ ਸਾਨੂੰ ਅੰਨਦਾਤਾ ਕਹਿੰਦੇ ਹੋ, ਦੂਜੇ ਪਾਸੇ ਤੁਸੀਂ ਇੱਕ ਗਲਤੀ ਕਰਕੇ ਆਪਣੀ ਅੜੀ 'ਤੇ ਫਸੇ ਬੈਠੇ ਹੋ। ਸਰਕਾਰ ਨਾਲ ਕਈ ਨੀਤੀਆਂ ਪ੍ਰਾਪਤ ਹੋਈਆਂ, ਤੁਹਾਨੂੰ ਇਸ ਗੱਲ ਦੀ ਤਸੱਲੀ ਹੋਣੀ ਚਾਹੀਦੀ ਹੈ। ਅਸੀਂ ਆਪਣਾ ਕੇਸ ਬਾਖੂਬੀ ਪੇਸ਼ ਕਰਕੇ ਸਰਕਾਰ ਨੂੰ ਭਜਾ ਚੁੱਕੇ ਹਾਂ। ਮੈਦਾਨੋਂ ਇੱਕ ਇੱਕ ਗੱਲ ਸਰਕਾਰ ਦੀ ਝੂਠੀ ਸਾਬਤ ਕਰ ਦਿੱਤੀ ਹੈ, ਉਹਨਾਂ ਕੋਲ ਕੋਈ ਜਵਾਬ ਨਹੀਂ। ਜੋ ਕੁਝ ਮੋਦੀ ਪ੍ਰਚਾਰ ਕਰਦਾ ਫਿਰਦਾ ਹੈ, ਇਹ ਉਹਦੇ ਸਾਥੀ ਪ੍ਰਚਾਰ ਕਰਦੇ ਨੇ। ਅਸੀਂ ਇੱਕ ਇੱਕ ਸਵਾਲ ਦਾ ਜਵਾਬ ਦਿੱਤਾ, ਜਿੱਦਣ ਉਹ ਲਾਜਵਾਬ ਹੋਏ ਸਾਨੂੰ ਬੋਲ ਕੇ ਦੁਬਾਰਾ ਫਿਰ ਉਹੀ ਪਿੱਛੋਂ ਸ਼ੁਰੂ ਕਰਨ ਲੱਗੇ। ਅਸੀਂ ਉਹਨਾਂ ਨੂੰ ਕਿਹਾ, ਬਹੁਤ ਸਵਾਲ ਜਵਾਬ ਹੋ ਗਏ, ਤੁਹਾਡੇ ਕੋਲ ਹੋਰ ਕੁਝ ਨਹੀਂ, ਸਾਨੂੰ ਸਾਫ ਸਾਫ ਦੱਸੋ ਕਿ ਕਾਨੂੰਨ ਵਾਪਸ ਲੈਂਦੇ ਹੋ ਕਿ ਨਹੀਂ। ਇਹਦੇ ਬਿਨਾਂ ਫੈਸਲਾ ਹੋਣ ਵਾਲਾ ਨਹੀਂ। ਕੱਲ ਪਰਸੋਂ ਕਿੰਨਾ ਕੁ ਮੰਨ ਗਈ, ਕਿੰਨਾ ਕੁ ਝੁਕੀ ਆ ਸਰਕਾਰ? ਰਵੱਈਆ ਬਦਲਿਆ ਹੋਇਆ, ਦੇਖਦੇ ਜਿੰਨੀ ਦੇਰ ਤੱਕ ਮੰਨੇ ਨਾ ਉਦੋਂ ਤੱਕ ਸਰਕਾਰ।